हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते। जी अज दी वीडियो विच आपां टॉप दीआं 3 गावां सेल लई लैके आए जी। 3 ही सूईआं सवाईआं ने। जिहड़े वीरां ने हजे तक अपने चैनल नूं सबसक्राइब नहीं कीता बेनती है कि चैनल नूं सबसक्राइब कर लो ते नाल लग्गिआ घंटी दा बटन प्रेस कर लो जी, तां कि हर इक आउण वाली नवीं वीडियो दा नोटिफिकेशन सब तों पहलां तुहाडे तक पहुँच सके जी। जे कोई वीर एवें दी वीडियो बनवाउणी चाहुंदा है मेरे नाल कॉन्टैक्ट कर लो जी। कॉन्टैक्ट नंबर नोट करो 8146-65-1512 जी। आओ पाओ ने भी तो गली गली डटे अज भी। वीर जी सत श्रीकाल। ਸਤਿ ਸ਼੍ਰੀ ਅਕਾਲ ਜੀ। ਵੀਰੇ ਨਾਮ ਤੇ ਐਡਰੈਸ ਬੋਲਦੇ? ਨਾਮ ਜੱਗੀ ਹੈ ਜੀ, ਪਿੰਡ ਬਰਨਾਲਾ ਸੇਖਾ ਰੋਡ ਤੇ ਘਰ ਹੈ ਜੀ ਆਪਣਾ। ਠੀਕ ਹੈ ਵੀਰੇ। ਤੇ ਬਰਨਾਲਾ ਖਾਸ ਹੀ ਹੈ ਨਾ? ਹਾਂਜੀ, ਬਰਨਾਲਾ ਖਾਸ ਹੀ ਆ, ਕੋਠੇ ਗੁਰੂ ਰਾਮਦਾਸ ਨਗਰ ਪੈਂਦੇ ਜਿਹੜਾ ਧੂਰੀ ਨੂੰ ਰੋਡ ਜਾਂਦਾ ਜੀ। ਓਕੇ ਵੀਰੇ, ਮੋਬਾਈਲ ਨੰਬਰ ਬੋਲ ਦਿਓ। 98153-6107 ਜੀ। 98153 98107 6107 ਤੇ ਵੀਰ ਦਾ ਕੰਟੈਕਟ ਨੰਬਰ ਆਈ, ਬਾਕੀ ਸਕਰੀਨ ਉੱਪਰ ਆ ਰਿਹਾ, ਨੋਟ ਕਰ ਲਓ। ਵੀਰੇ ਜਿਹੜੇ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਵੈੜ ਦੇ ਦੇ, ਕਿਹੜਾ ਸੂਆ ਸੂਈ ਵੀ ਆ ਇਹ? ਪਹਿਲੇ ਨੂੰ ਸੂਈ ਆ ਬਾਈ ਜੀ, 4 ਦੰਦ ਆ ਗਈ, ਮੂੰਹ 4 ਦੰਦ ਆ। ਹਾਂਜੀ, ਕੱਲ ਸਵੇਰ ਦੀ ਸੂਈ ਵੀ ਆ। ਠੀਕ ਹੈ ਜੀ। ਬੱਚੀ ਮੰਗ ਰਹਾ ਇਹਦੇ, ਬੱਚਾ ਮਗਰ ਬੱਚੀ ਹੈ। ਕਿਹੜੀ ਆ ਬੱਚੀ ਵੀਰੇ? ਆ ਬੱਚੀ ਆ ਜੀ, ਹਾਲੀ ਜਿਹੜੀ ਆ ਮੂਹਰੇ ਬੈਠੀ ਹੈ? ਹਾਂਜੀ ਹਾਂ। ਠੀਕ ਹੈ, ਬੱਚਾ ਬਾਈ ਮਗਰ ਬੱਚੀ ਆ, ਬੱਚੀ ਵੀ ਚੰਗੀ ਆ, ਕੁਆਲਿਟੀ ਚੰਗੀ ਆ। ਠੀਕ ਹੈ ਵੀਰੇ, ਕੱਲ ਦੀ ਸੂਈ ਵੀ ਆ? ਹਾਂਜੀ, ਕੱਲ ਸੂਈ ਆ ਜੀ। ਕਿੰਨਾ ਬੋਲਾ ਤਿਆਰ ਹੈ ਇਸ ਟਾਈਮ? ਬੋਲਾ ਥੱਲੇ ਹੁਣ 14 13 14 ਕਿਲੋ ਜਮਾ ਤਿਆਰ ਆ ਜੀ। 13 ਤੋਂ 14 ਲੀਟਰ ਬਾਈ ਬੋਲਾ ਤਿਆਰ ਆ, ਕੱਦ ਕਾਠ ਵੀ ਚੰਗਾ ਤੇ ਆਰਡਰ ਦੀ ਕੁਆਲਿਟੀ ਦੀ ਬਾ ਕਮਾਲ ਦੀ ਹੈ। ਕਿੰਨਾ ਕੁ ਦੁੱਧ ਕਰੂ ਜੱਗੀ ਇਹ? ਦੁੱਧ ਨੇ ਐ ਮੰਨ ਲਓ ਜੀ, ਜਿੱਥੋਂ ਵਹਿੜ ਆਈ ਹੈ ਜੀ, ਉਹਨਾਂ ਕੋਲੇ ਸਾਰੀਆਂ 20 20 ਲੀਟਰ ਵਾਲੀਆਂ ਵਹਿੜਾਂ ਹੀ ਨੇ। ਠੀਕ ਹੈ। ਜਿਵੇਂ ਥੋੜੀ ਜੀ ਗਰਮੈਸ਼ ਆ, ਆਪਾਂ 17 18 ਲੀਟਰ ਮਤਲਬ ਖੁੱਲਾ ਮੰਨ ਸਕਦੇ ਹਾਂ, ਹਾਂ। ਠੀਕ ਹੈ ਵੀਰੇ, ਤੋਰ ਕੇ ਦਿਖਾ ਦੇ ਬਾਈ। ਆਰਡਰ ਦੇ ਹਿਸਾਬ ਨਾਲ 17 ਤੋਂ 18 ਲੀਟਰ ਦੁੱਧ ਇਹਨੇ ਆਰਾਮ ਨਾਲ ਪਾ ਦੇਣਾ ਤੇ ਥਣ ਹਵਾ ਨਾਲ ਚੰਗਾ ਚਵਾਈ ਦੀ ਸਾਫ ਨਿਕਲੀ ਆ ਜਾਗੀ। ਐਨ ਬਿਲਕੁਲ ਸਾਫ ਸੁਥਰੀ ਜੇ ਪਤਾਰਾ ਮਾਰ ਕੇ ਦਿਖਾ ਦਾਂਗੇ। ਬਾ ਠੀਕ ਹੈ ਵੀਰੇ, ਤੇ ਤੋਰ ਵਗੈਰਾ ਚੈੱਕ ਕਰ ਲਓ ਜੀ। ਚੰਗੀ ਆ ਥਣ ਥੁਣ, ਬਹੁਤ ਚੰਗਾ ਲੱਗਿਆ ਵਾ, ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ, ਆਰਡਰ ਦੀ ਕੁਆਲਿਟੀ ਬਾ ਕਮਾਲ ਦੀ ਆ। ਆ ਦੇ ਸਾ ਤੋਰ ਵਗੈਰਾ ਪੂਰੀ ਚੰਗੀ ਹੈ ਜੀ, ਬਾਕੀ ਕੱਦ ਕਾਠ ਪੂਰਾ। ਹਾਂ ਕੱਦ ਕਾਠ ਪੂਰਾ ਉੱਚਾ ਲੰਮਾ ਮੋੜ ਲਿਆ ਵੀਰੇ, ਠੰਡੀ ਸੀਲ ਹੈ ਵੀਰੇ ਪੂਰੀ, ਐਨ ਪੂਰੀ ਠੰਡੀ ਸੀਲ ਆ ਜੀ, ਐਂ ਬਹਿ ਜਾਓ। ਠੀਕ ਹੈ ਵੀਰੇ, ਪੂਰੀ ਠੰਡੀ ਸੀਲ ਆ ਵੀਰ, ਕਹਿੰਦਾ ਚਾਹੇ ਆਈ ਬਹਿ ਜਾਓ। ਥਣ ਹਵਾ ਨਾ ਨੇੜ ਤੋਂ ਚੈੱਕ ਕਰੋ ਜੀ, ਪੂਰਾ ਟੌਪ ਦਾ ਤਿਆਰ ਕਰਿਆ ਵਾ ਜੀ, ਚੰਗੀ ਆ ਬੈਡ। ਕੀ ਰੇਟ ਆ ਜੱਗੀ ਦਾ ਜਾਇਜ਼ਾ? ਇਹਦਾ ਵੀਰੇ ਲੈਣ ਦੇਣ 52,000 ਰੁਪਇਆ। 52,000 ਰੁਪਇਆ ਮਾਨ ਤਾਨ ਕਰ ਦੋ? ਹਾਂ ਮਾਨ ਤਾਨ ਕਰਾਂਗੇ, ਫੁੱਲ ਆਏ ਬੰਦੇ ਦਾ ਕੋਈ ਦੂਰੋਂ ਚੱਲ ਕੇ ਆਊਗਾ, ਹਨਾ। ਠੀਕ ਹੈ, ਬਾਕੀ ਇੱਕ ਹੋਰ ਆ ਬੋੜੇ ਜੀ, ਜਮਾ ਖਾਲੀ ਕਰੀ ਵੀ ਆ ਬੈਡ। ਠੀਕ ਹੈ ਵੀਰੇ, ਤੇ ਆ ਦੇ ਸਰ ਢਿੱਲ ਵਗੈਰਾ ਚੰਗੀ ਆ, ਸ਼ਾਮ ਤੱਕ ਇਹਨੇ ਆਰਡਰ ਹੋਰ ਵੀ ਜ਼ਿਆਦਾ ਵਧੀਆ ਬਣਾ ਲੈਣਾ, 20 ਪਲੱਸ ਦੁੱਧ ਆਰਾਮ ਨਾਲ ਪਾ ਦੂ, ਹਨਾ। ਠੀਕ ਹੈ, ਦੁੱਧ 20 ਕਿਲੋ ਦੇ ਦੂਗੀ ਜੀ ਆਪਾਂ, 18 ਕਿਲੋ ਦੇ ਹਿਸਾਬ ਤੇ ਦੇ ਦਾਂਗੇ। ਬਸ ਠੀਕ ਹੈ। ਅੱਗੇ ਵੀਰੇ 2 ਨੰਬਰ ਤੇ ਇਹ ਕਿਹੜਾ ਸੂਆ ਸੂਈ ਆ? ਇਹ ਦੂਜਾ ਸੂਆ ਸੂਈ ਹੈ ਜੀ। ਠੀਕ ਹੈ, ਕਦੋਂ ਸੂਈ ਆ ਇਹ? ਇਹ ਵੀ ਕੱਲ ਦੀ ਸੂਈ ਹੋਈ ਹੈ ਜੀ। ਕੱਲ ਹੀ ਸੂਈ ਆ, ਬੱਚਾ ਕੀ ਇਹਦੇ ਮਗਰ? ਇਹਦੇ ਮਗਰ ਬੱਚਾ ਹੈਗਾ ਜੀ। ਕਿਹੜਾ ਬੱਚਾ ਵੀਰੇ ਇਹਦਾ? ਆ ਮੰਗਰੀ ਖੜਾ ਜੀ। ਠੀਕ ਹੈ, ਬੱਚਾ ਮਗਰ ਬੱਚਾ ਜੀ, ਆ ਬੱਚਾ ਇਹਦਾ ਹੈਗਾ। ਠੀਕ ਹੈ, ਨਾੜੂਆ ਨੂੜੂਆ ਨਾਲ ਹੀ ਆ ਹਜੇ। ਕਿੰਨਾ ਕੁ ਬੋਲਾ ਕੱਢਿਆ ਜੱਗੀ ਇਹਦਾ? ਇਹਦੇ ਥੱਲੇ ਵੀ ਤੜਕੇ 7.5-8 ਕਿਲੋ ਬੋਲਾ ਚੋਇਆ ਜੀ ਇਹਦਾ ਵੀ। ਠੀਕ ਹੈ, ਕਿੰਨਾ ਕੁ ਕਰੂਗੀ ਦੁੱਧ ਇਹ? ਇਹਨੇ 20 ਕਿਲੋ ਦੁੱਧ ਬਲੂਨ ਦਾ ਦਿੱਤਾ ਹੋਇਆ ਜੀ, ਜਮਾ ਨੈਟ ਆਪਣੇ ਇੱਥੋਂ ਲੋਕਲ ਹੀ ਲਈ ਆਈ ਜੀ। ਐਕਟੀ ਤਾਂ ਵਧੂਗੀ ਫਿਰ ਹੋਰ। ਹਾਂ ਜੀ, ਇਹਦੀ ਥੋੜੀ ਗਰਮੈਸ਼ ਆ, ਚਲੋ 20 ਤਾਂ ਦੇਊਗੀ ਮਤਲਬ। ਠੀਕ ਹੈ ਵੀਰੇ, ਕੱਢ ਲਿਆ ਬਾਹਰ ਵੀਰੇ, ਤੋੜ ਕੇ ਦਿਖਾ ਦੇ। ਸਾਈਵਾਲ ਚ ਪੈਂਦੀ ਆ ਥੋੜੀ ਥੋੜੀ? ਹਾਂ ਜੀ, ਸਾਈਵਾਲ ਜੀ। ਠੀਕ ਹੈ ਵੀਰੇ, ਸਾਈਵਾਲ ਚ ਪੈਂਦੀ ਆ, ਬੰਨ ਤੁੰਨ ਹਰ ਇੱਕ ਚੀਜ਼ ਦੀ ਪੂਰੀ ਕੁਆਲਿਟੀ ਆ ਜੀ। ਥਾਣ ਹਵਾ ਨਾ ਬਾ ਕਮਾਲ ਦਾ, ਕੱਦ ਕਾਠ ਵੀ ਪੂਰਾ ਉੱਚਾ ਪਾਣੀ ਲੰਮਾ, ਪਾਣੀ ਤੇ ਚਵਾਈ ਚੂਈ ਦੀ ਕਿਵੇਂ ਆ ਇਹ? ਚਵਾਈ ਦੀ ਓਕੇ ਜੀ, ਜਮਾ ਪਰ ਜੇ ਕੋਈ ਬੰਦਾ ਆਨਲਾਈਨ ਵੀ ਮੰਗਾਉਣਾ ਚਾਹੇ ਤਾਂ ਆਪਣੀ ਫੁੱਲ ਗਾਰੰਟੀ ਹੋਊਗੀ। ਠੀਕ ਹੈ ਵੀਰੇ, ਤੇ ਕੱਦ ਕਾਠ ਬਾਈ ਚੰਗਾ ਬਰੀਡ ਪੂਰੀ ਟੌਪ ਦੀ ਆ ਸਾਈਵਾਲ ਦੇ ਵਿੱਚ, ਤੇ ਥਣ ਪੂਰਾ ਚੰਗਾ ਲੱਗਾ, ਮੁੱਠੀ ਵਾਲਾ ਥਣ, ਚਵਾਈ ਦੀ ਚੰਗੀ ਹੋਊਗੀ, ਤੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ, ਆਰਡਰ ਦੀ ਕੁਆਲਿਟੀ ਬਾਈ ਬਾ ਕਮਾਲ ਦੀ ਆ, ਤੇ ਤੋਰ ਵਗੈਰਾ ਵੀ ਚੈੱਕ ਕਰ ਲਓ, ਚੰਗੀ ਆ। ਮੋੜ ਲਿਆ ਵੀਰੇ, ਮੋੜ ਲਿਆ, ਦੁੱਧ ਚੰਗਾ ਪਾ ਦੂ ਬਾਈ, ਪਿਛਲੇ ਸੂਏ ਨੇ ਹਜੇ ਭਲਾ ਭਲਾ ਚ ਮਾੜੀ ਮੋਟੀ ਜਦੋਂ ਭਲਾ ਲੈ ਗਈਆਂ ਬਾਈ। ਠੀਕ ਹੈ ਵੀਰੇ, ਤੇ ਆ ਉਦੋਂ ਥਣ ਥੁਣ ਵੀ ਪੂਰਾ ਸੋਹਣਾ ਬਣ ਜਾਣਾ ਹਨਾ, ਚਵਾਈ ਚੁਈ ਦੀ ਕਿਵੇਂ ਆ? ਚੰਗੀ ਹੋ ਚੁਈ? ਚਵਾਈ ਦੀ ਫੁੱਲ ਗਾਰੰਟੀ ਹੈ ਜੀ ਆਪਣੀ। ਠੀਕ ਹੈ ਵੀਰੇ, ਕੀ ਰੇਟ ਆ ਜੱਗੀ ਇਹਦਾ ਜਾਇਜ਼ਾ? ਬਾ ਇਹ 50,000 ਰੁਪਏ ਦੇ ਦਾਂਗੇ ਵੀਰੇ। 50,000 ਰੁਪਇਆ ਮਾੜਾ ਮੋਟਾ ਮਾਨ ਤਾਨ? ਹਾਂ ਮਾਨ ਤਾਨ ਕਰ ਦਿਆਂਗੇ ਜਾਏ ਬੰਦਾ ਪੂਰਾ। ਠੀਕ ਹੈ, 50,000 ਰੁਪਇਆ ਵੀ ਇਹਨੇ ਰੇਟ ਰੱਖਿਆ, ਬਾਕੀ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ। ਇੱਕ ਆਮ ਬੰਦੇ ਹੁੰਦੇ ਆ ਨਾ ਜੀ, ਵੀ ਓਮੀ ਡੰਗਰ ਲੈ ਕੇ ਠੀਕ ਹੈ ਵੀ ਖੜਾਈ ਰੱਖਦੇ, ਅਗਲਾ ਕਹਿੰਦਾ ਖਾਲੀ ਨਹੀਂ ਕਰੀਆਂ ਵੀਡੀਓ ਪਾਉਣੀ ਆ, ਸਾਡੀ ਕੱਲੀ ਕੱਲੀ ਗਾਂ ਖਾਲੀ ਕਰੀ ਵੀ ਹੈ। ਠੀਕ ਹੈ ਵੀਰੇ, ਅਰੇ ਜਿੰਨੀ ਗਾਂ ਚੋਈ ਜਾਵੇ ਗਰਮੈਸ਼ ਚੋਂ ਉਨੇ ਸਗਾਂ ਦੁੱਧ ਵੱਧ ਕੱਢਦੀਆਂ ਜੀ, ਉਨੇ ਵੱਧ ਕੱਢਦੀ ਹੈ। ਸਹੀ ਗੱਲ ਵੀਰੇ। ਅੱਗੇ 3 ਨੰਬਰ ਤੇ ਇਹ ਕਿਹੜਾ ਸੂਸ ਹੋਈ ਆ? ਇਹ ਵੀ ਦੂਜਾ ਸੂਆ ਸੂਈ ਆ ਵੀਰੇ। ਦੂਜਾ ਸੂਆ ਸੂਈ ਆ, ਕਦੋਂ ਸੂਈ ਆ ਬਾਈ ਇਹ? ਇਹਨੂੰ ਸੂਈ ਨੂੰ 8 ਦਿਨ ਹੋ ਗਏ ਵੀਰੇ। 8 ਦਿਨ? ਬੱਚਾ ਕਿਹੜਾ ਇਹਦਾ ਜੀ? ਬੱਚਿਆਂ ਦੇ ਮਗਰ ਬੱਚੀ ਆਈ ਆ ਖੜੀਆਂ ਮਾਂ। ਠੀਕ ਆ, ਬੱਚਾ ਮਗਰ ਇਹਦੇ ਬੱਚੀ ਆ, ਦੇਖ ਸਾ ਬੱਚੀ ਦੀ ਕੁਆਲਿਟੀ ਵੀ ਚੰਗੀ ਆ,
ਕਿੰਨਾ ਦੁੱਧ ਰੈਡੀ ਹੈ ਇਸ ਟਾਈਮ ਇਹ ਥੱਲੇ 12 ਕਿਲੋ ਦੁੱਧ ਜਮਾ ਰੈਡੀ ਹੈ ਜੇ ਨਾਪ ਕੇ ਦੇ ਦਾਂ ਠੀਕ ਹੈ 12 ਲੀਟਰ ਦੁੱਧ ਕੰਡੇ ਵਾਲਾ ਬਈ ਤਿਆਰ ਐਨ ਕੰਡੇ ਵਾਲੀ ਜੇ ਕੰਡਾ ਲਾ ਲੈ ਚਾਹੇ ਲੀਟਰ ਲਾ ਲੈ ਠੀਕ ਹੈ ਬਈ ਪੂਰੀ ਠੰਡੀ ਸੀਲ ਆ ਹਣਾ ਪੂਰੀ ਸੀਲ ਠੰਡੀ ਹੈ ਜੀ ਠੀਕ ਹੈ ਚਵਾਈ ਦੀ ਕਿਵੇਂ ਆ ਜੱਗੀ ਇਹ ਚਵਾਈ ਦੀ ਓਕੇ ਹੈ ਜੀ ਜਮਾ ਚਾਹੇ ਐਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਠੀਕ ਹੈ ਚਵਾਈ ਚੂਈ ਦੀ ਓਕੇ ਆ ਤੇ ਪੂਰੀ ਠੰਡੀ ਸੀਲ ਆ ਦੇ ਸਾ ਜੇ ਮਰਜ਼ੀ ਧਾਰਾ ਵਗੈਰਾ ਮਾਰ ਲੋ ਜੀ ਤੇ ਚਾਰੇ ਥਣ ਨਿਕੜ ਮੇ ਪੂਰੇ ਗੈਬ ਤੇ ਆ ਬਾ ਠੀਕ ਹੈ ਵੀਰੇ ਓਕੇ ਆ ਤੇ ਤੋਰ ਕੇ ਦਿਖਾ ਦੇ ਬਈ ਕੱਦ ਕਾਠ ਪੂਰਾ ਉੱਚਾ ਲਾ ਸਾਊ ਤਾਂ ਇੰਨੀਆਂ ਠੰਡੀਆਂ ਯਾਰ ਮਤਲਬ ਚਾਹੇ ਥੱਲੇ ਲਿਟੀ ਜਾਵੇ ਬੰਦ ਬਾ ਠੀਕ 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 ਵੀਰੇ ਕੱਦ ਕਾਠ ਪੂਰਾ ਉੱਚਾ ਲੰਮਾ ਥਣਾ ਥਣਾ ਹੀ ਸਾਫ ਆ 12 ਲੀਟਰ ਦੁੱਧ ਵੀਰ ਕਹਿੰਦਾ ਕੰਡੇ ਦੇ ਨਾਪ ਕੇ ਦੇ ਦੇਾਂਗੇ ਤੇ ਚਵਾਈ ਆ ਕੇ ਚਾਹੇ ਆਪਦੀ ਦੋ ਡੰਗ ਕਰ ਵੀ ਲਿਓ ਤੇ ਵੀਰ ਕਹਿੰਦਾ ਆਪਣੀ ਤਸੱਲੀ ਆ ਪੂਰੀ ਆ ਦੇ ਸਨ ਆਰਡਰ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਹੈ ਇਹ 10 ਸਾਢੇ 10 ਵਜੇ ਦਾ ਟਾਈਮ ਆ ਸ਼ਾਮ ਤੱਕ ਇਹਨੇ ਆਰਡਰ ਦੀ ਕੁਆਲਿਟੀ ਵਧੀਆ ਬਣਾ ਲੈਣੀ ਆ ਮੋੜ ਲਿਓ ਵੀਰੇ ਤੇ ਫੇਸ ਬਿਊਟੀ ਇਹਦੀ ਚੈੱਕ ਕਰ ਲਓ ਚੰਗੀ ਆ ਜੀ ਤੇ ਗਰਮੀ ਗੁਰਮੀ ਤੇ ਬਿਲਕੁਲ ਦੇ ਨਾਂ ਦੇ ਬਰਾਬਰ ਹੀ ਮੰਨਦੇ ਆ ਫੈਂਟ ਇਹਨਾਂ ਦੀ ਬਹੁਤ ਚੰਗੀ ਆਉਂਦੀ ਹੈ ਜੀ ਕੀ ਰੇਟ ਆ ਜੱਗੀ ਇਹਦਾ ਜਾਇਜ਼ ਦਾ ਇਹ ਵੀਰੇ 42000 ਦੀ ਦੇ ਦਾਂਗੇ 42000 ਰੁਪਇਆ ਮਾਨਤਾਨ ਕਰ ਦੋਗੇ ਹਾਂਜੀ ਹਾਂ ਇਹ ਬੰਦਾ ਮਾਨਤਾਨ ਸਾਰਿਆਂ ਚੋਂ ਕਰਾਂਗੇ ਠੀਕ ਹੈ ਬਾਕੀ ਆਏ ਆ ਵੀ ਆਪਣੇ ਰੇਟ ਬਰਾਬਰ ਦੀ ਰੇਟ ਹੋਣਗੇ ਜਿਵੇਂ ਕੋਈ ਆਪਾਂ ਹੁਣ ਮੁੱਲ ਕਰਿਆ ਵੀ ਕੋਈ ਬੰਦਾ ਅਗਲਾ ਕਹਿੰਦਾ ਯਾਰ ਜਾਂ 30 ਜਾਂ 32 ਉਹ ਚੀਜ਼ ਨਹੀਂ ਹੋਣੀ ਮਤਲਬ ਚ ਮਾਨ ਹੀ ਹੋਊਗਾ ਹਨਾ ਠੀਕ 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 ਵੀਰੇ ਚੰਗੀਆਂ ਨੇ ਬਾਈ ਬੈੜਾਂ ਤੇ ਰੇਟ ਵੀਰ ਕਹਿੰਦਾ ਬਿਲਕੁਲ ਜਾਇਜ਼ ਹੀ ਨੇ ਤੇ ਰੇਟ ਵਾਕਈ ਜਾਇਜ਼ ਨੇ ਗਾਵਾਂ ਦੇ ਹਿਸਾਬ ਨਾਲ ਚੰਗੀਆਂ ਨੇ ਬਾਈ ਬ੍ਰੀਡ ਸਾਰੀਆਂ ਦੀ ਚੰਗੀ ਆ ਵੱਡੀ ਗੱਲ ਤਾਂ ਹੁਣ ਗਰਮੀ ਆ ਗਈ ਬਈ ਗਰਮੀ 'ਚ ਬਿਲਕੁਲ ਕਾਮਯਾਬ ਨੇ ਕਰੋਲ ਬੇੜਾ ਨੇ ਬਈ ਜਮਾ ਫੁੱਲ ਕਾਮਯਾਬ ਵਾਲੀਆਂ ਮੱਛੀਆਂ ਜਮੀ ਨਹੀਂ ਬਈ ਗਰਮੀ ਮੰਨਦੀਆਂ ਤੇ ਫੈਂਟ ਫੋਂਟ ਵੀ ਇਹਨਾਂ ਦੀ ਚੰਗੀ ਆਉਂਦੀ ਆ ਕਿਸੇ ਵੀਰ ਨੂੰ ਤਿੰਨਾ ਨਗਾਂ ਚੋਂ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕੰਟੈਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।